ਜਿਹੜਾ ਇਤਿਹਾਸ ਸਾਡਾ RSS ਵਾਲੇ ਮਰੋੜ ਰਹੇ ਨੇ ਅੱਜ ਦੀ ਡੇਟ 'ਚ। ਸਾਡੀ ਸਿੱਖ ਕੌਮ ਦੇ ਗੁਰਦੁਆ ਆਪਣੇ ਸਕੂਲ ਨਹੀਂ ਹੈਗੇ। ਵੀਰ ਸਤਿ ਸ਼੍ਰੀ ਅਕਾਲ। ਚਾਰ ਸਾਹਿਬਜ਼ਾਦਿਆਂ ਦੇ ਨਾਮ ਕੀ? ਜੁਝਾਰ ਸਿੰਘ, ਫਤਿਹ ਸਿੰਘ। ਚਾਰ ਸਾਹਿਬਜ਼ਾਦਿਆਂ ਦੇ? ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ। ਚਾਰ ਸਾਹਿਬਜ਼ਾਦਿਆਂ ਦੇ ਨਾਂ ਸੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਯੈਸ ਸਰ। ਅਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਕੀ ਸੀ ਦੱਸੋ? ਚਲੋ, ਚਾਰੋ ਸਾਹਿਬਜ਼ਾਦਿਆਂ ਦਾ ਕੀ ਨਾਮ ਸੀ? ਅਜੀਤ ਸਿੰਘ, ਸਰਬਜੀਤ ਅਜੀਤ ਸਿੰਘ, ਸਾਹਿਬ ਜ਼ੋਰਾਵਰ ਸਿੰਘ, ਫਤਿਹ ਸਿੰਘ। ਛੋਟੇ ਸਾਹਿਬਜ਼ਾਦਿਆਂ ਨੇ ਜਿਹੜੀ ਸ਼ਹੀਦੀ ਦਿੱਤੀ ਸੀ ਉਹ ਕਿਉਂ ਦਿੱਤੀ ਸੀ? ਇਸ ਬਾਰੇ ਨਹੀਂ ਪਤਾ। ਜਿੱਥੇ ਲਾਲ ਚੁਨੇ ਸੀ ਨੀਹਾਂ ਵਿੱਚ ਉਹ ਕੰਧ ਵਿਖਾ ਕੇ ਲਿਆਇਓ, ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਵਿੰਦਰ ਸਿੰਘ ਕਾਕਾ। ਦਰਸ਼ਕੋ, ਤੁਹਾਨੂੰ ਸਭ ਨੂੰ ਪਤਾ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ। ਇਸ ਹਫ਼ਤੇ ਦੇ ਵਿੱਚ ਸਾਹਿਬੇ ਕਮਾਲ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਸ਼ ਕੌਮ ਦੇ ਉੱਪਰੋਂ ਆਪਣਾ ਪੂਰਾ ਸਰਬੰਸ ਆ ਉਹ ਵਾਰ ਦਿੱਤਾ ਸੀ। ਔਰ ਸ਼ਹੀਦੀ ਹਫ਼ਤੇ ਦੇ ਚੱਲਦੇ ਲੁਧਿਆਣਾ ਸ਼ਹਿਰ ਦੇ ਦੁਗਰੀ ਰੋਡ ਵਿਖੇ ਇੱਕ ਲੰਗਰ ਲਗਾਇਆ ਗਿਆ ਔਰ ਨਾਲ ਦੀ ਨਾਲ ਚਾਰ ਸਾਹਿਬਜ਼ਾਦੇ ਫਿਲਮ ਵੀ ਦਿਖਾਈ ਜਾ ਰਹੀ ਹੈ। ਫਿਲਮ ਦਿਖਾਉਣ ਦਾ ਮਕਸਦ ਇਹ ਹੈ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ। ਇਹ ਤੁਸੀਂ ਦੇਖ ਸਕਦੇ ਹੋ ਮੇਰੇ ਬੈਕ ਸਾਈਡ 'ਤੇ ਜਿਹੜੀ ਫਿਲਮ ਆ ਉਹ ਚੱਲ ਰਹੀ ਆ ਚਾਰ ਸਾਹਿਬਜ਼ਾਦੇ। ਹੁਣ ਆਪਾਂ ਚੱਲਦੇ ਹਾਂ ਜੀ ਔਰ ਪਬਲਿਕ ਨਾਲ ਗੱਲਬਾਤ ਕਰਦੇ ਹਾਂ। ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਕਿੰਨੀ ਕੁ ਨੌਲੇਜ ਹੈ ਇਹ ਤਾਂ ਉਹਨਾਂ ਨਾਲ ਗੱਲਬਾਤ ਕਰਕੇ ਹੀ ਪਤਾ ਲੱਗੇਗਾ। ਆਓ ਫਿਰ ਚੱਲਦੇ ਹਾਂ। ਅਤੇ ਹੁਣ ਮੇਰੇ ਨਾਲ ਉਹ ਲੰਗਰ ਕਮੇਟੀ ਜੁੜ ਚੁੱਕੀ ਜਿਨ੍ਹਾਂ ਨੇ ਕਿ ਅੱਜ ਇਹ ਲੰਗਰ ਦਾ ਪ੍ਰਬੰਧ ਕੀਤਾ ਔਰ ਨਾਲ ਚਾਰ ਸਾਹਿਬਜ਼ਾਦੇ ਫਿਲਮ ਖਾਉਣ ਦਾ ਪ੍ਰਬੰਧ ਕੀਤਾ। ਮਕਸਦ ਇਹੀ ਹੈ ਕਿ ਸਿੱਖ ਇਤਿਹਾਸ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਔਰ ਸਾਡੀ ਅੱਜ ਦੀ ਜਨਰੇਸ਼ਨ ਨੂੰ ਦੱਸਿਆ ਜਾ ਸਕੇ ਜਿਨ੍ਹਾਂ ਨੂੰ ਕਿ ਸਿੱਖ ਇਤਿਹਾਸ ਬਾਰੇ ਬਹੁਤ ਘੱਟ ਨੌਲੇਜ ਆ ਔਰ ਲੋੜ ਆ ਦੱਸਣ ਦੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਰਵਿੰਦਰ ਸਿੰਘ ਸੋਨੂੰ, ਦੇਵ ਟੂਰ ਐਂਡ ਟਰੈਵਲ ਤੋਂ। ਮੇਰਾ ਲੰਗਰ ਲਾਉਣ ਦਾ ਇਹੀ ਮਕਸਦ ਹੈ ਜੀ। ਸਾਡੀ ਸੰਸਥਾ ਦਾ ਟੀਚਾ ਇਹੀ ਹੈ ਕਿ ਆਪਾਂ ਨੂੰ ਘੱਟੋ ਘੱਟ ਇੰਨਾ ਕੁ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਆਪਣਾ ਸਿੱਖ ਇਤਿਹਾਸ ਕੀ ਹੈ, ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਕੀ ਹੈ। ਆਪਾਂ ਕ੍ਰਿਸਮਿਸ 'ਤੇ ਧਿਆਨ ਦਿੰਦੇ ਹਾਂ ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਉੱਧਰ ਸਾਡੇ ਸਭਾ ਦੇ ਦਿਨ ਚੱਲਦੇ ਹੁੰਦੇ ਆ ਜਿੱਥੇ ਕਿ ਅਸੀਂ ਸ਼ੁਰੂ ਤੋਂ ਇਸ ਹਫ਼ਤੇ ਨੂੰ ਸ਼ਹੀਦੀ ਦਿਹਾੜਾ ਸ਼ਹੀਦੀ ਹਫ਼ਤਾ ਵੀ ਮਨਾਉਂਦੇ ਆਏ ਹਾਂ। ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਘੱਟੋ ਘੱਟ ਸਿੱਖ ਭਾਈਚਾਰੇ ਨੂੰ ਤਾਂ ਚਾਹੀਦਾ ਹੈ ਕਿ ਉਹ ਘੱਟੋ ਘੱਟ ਖੁਸ਼ੀ ਵਾਲੇ ਪ੍ਰੋਗਰਾਮ ਇਹਨਾਂ ਦਿਨਾਂ ਵਿੱਚ ਨਾ ਕਰੇ ਤਾਂ ਜੋ ਆਪਾਂ ਇੱਕ ਸੱਚੀ ਦਿਲੋਂ ਸ਼ਰਧਾਂਜਲੀ ਦੇ ਸਕੀਏ ਚਾਰ ਸਾਹਿਬਜ਼ਾਦਿਆਂ ਨੂੰ। ਔਰ ਬਹੁਤ ਵਧੀਆ ਵੀਰ ਜੀ ਉਹਨਾਂ ਗੱਲਬਾਤ ਕੀਤੀ। ਅੱਗੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਵਿੰਦਰ ਸਿੰਘ। ਸਰਦਾਰ ਸਾਹਿਬ, ਮੈਂ ਤੁਹਾਡੇ ਕੋਲ ਇਹ ਚੀਜ਼ ਜਾਣਨੀ ਚਾਹੁੰਦਾ, ਜਿੱਦਾਂ ਵੀਰ ਜੀ ਹੁਣਾਂ ਗੱਲ ਕੀਤੀ ਸੀ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ, ਪਰ ਕੁਛ ਲੋਕ ਜਿਹੜਾ ਇਸ ਚੀਜ਼ ਨੂੰ ਭੁਲਾ ਕੇ ਹਲੇ ਵੀ ਇਹਨਾਂ ਦਿਨਾਂ ਦੇ ਵਿੱਚ ਕੁਛ ਜਿਹੜੇ ਖੁਸ਼ੀ ਦੇ ਪ੍ਰੋਗਰਾਮ ਕਰੀ ਜਾਂਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹੋ? ਦੇਖੋ, ਹਰ ਤਰ੍ਹਾਂ ਦੇ ਲੋਕ ਨੇ। ਸਾਡਾ ਜਿਹੜਾ ਇਹੀ ਵਿਚਾਰ ਹੈ ਵੀ ਅਸੀਂ ਜੋ ਦੇਣਾ ਚਾਹੁੰਦੇ ਹਾਂ ਸੁਨੇਹਾ, ਅਸੀਂ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਸਿੱਖ ਕੌਮ ਦਾ ਇਤਿਹਾਸ ਹੈ ਕੋਈ ਭੁੱਲਣ ਵਾਲਾ ਨਹੀਂ। ਇਹ ਤਾਂ ਜੁਗਾ ਜੁਗੰਤਰ ਜਦ ਤੱਕ ਸੂਰਜ ਚਾਂਦ ਰਹੇਗਾ ਸਿੱਖ ਇਤਿਹਾਸ ਰਹੇਗਾ। ਇਹ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੈ ਨਾ ਲਸਾਨੀ ਨਹੀਂ, ਇਹ ਭੁੱਲਣ ਯੋਗ ਨਹੀਂ। ਇਹ ਲੋਕਾਂ ਨੂੰ ਇਹ ਅਵੇਅਰਨੈਸ ਦੇਣੀ ਹੈ। ਦੇਖੋ, ਆਉਣ ਵਾਲੀ ਜਨਰੇਸ਼ਨ ਨੂੰ ਅੱਜ ਸਮਝਾਉਣਾ, ਇਹ ਜਿਹੜੀ ਪਿਕਚਰਾਂ ਬਣੀਆਂ ਨੇ ਇਹ ਇਸੇ ਕਰਕੇ ਬਣੀਆਂ ਨੇ ਕਿ ਲੋਕਾਂ ਨੂੰ ਪਤਾ ਹੋਵੇ ਵੀ ਸਾਡੀ ਸਿੱਖ ਕੌਮ ਦੀਆਂ ਕਿੰਨੀਆਂ ਕੁਰਬਾਨੀਆਂ ਨੇ। ਭਾਈ ਤਾਰੂ ਸਿੰਘ, ਭਾਈ ਮਤੀ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ, ਚਾਲੀ ਸਿੰਘ ਸ਼ਹੀਦ ਹੋਏ। ਗੁਰੂ ਸਾਹਿਬ ਨੇ ਇੱਕ ਹਫ਼ਤੇ ਦੇ ਵਿੱਚ ਸਰਬੰਸ ਵਾਰਕ ਤੋਂ, ਉਸ ਤੋਂ ਬਾਅਦ ਸਾਲੀ ਚਾਲੀ ਸਿੰਘ ਵੀ ਸ਼ਹੀਦ ਕਰਾਏ, 10 ਲੱਖ ਫੌਜਾਂ ਨਾਲ ਲੜਾਈਆਂ,
ਬੱਚਿਆਂ ਨੂੰ ਨਹੀਂ ਪਤਾ ਇਤਿਹਾਸ, ਜਦੋਂ ਬੱਚਿਆਂ ਨੂੰ ਇਤਿਹਾਸ ਪਤਾ ਹੋਏਗਾ ਬੱਚਿਆਂ ਨੂੰ ਵੀ ਆਪਣਾ ਗੌਰਵ ਅਤੇ ਮਤਲਬ ਦਿਲ ਦੇ ਵਿੱਚ ਤਾਕਤ ਹੋਏਗੀ ਵੀ ਸਾਡੇ ਸੱਚੇ ਪਾਤਸ਼ਾਹ ਨੇ ਸਾਡੇ ਲਈ ਕੀ ਕੁਰਬਾਨੀਆਂ ਕੀਤੀਆਂ ਨੇ। ਅੱਜ ਜਿਹੜਾ ਅਸੀਂ ਨਿੱਘ ਮਾਣ ਰਹੇ ਹਾਂ ਧਰਤੀ ਦੇ ਉੱਤੇ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਉੱਤੇ ਕਹਿੰਦੇ ਹਾਂ ਅੱਬ ਕੀ ਨਾ ਤੱਬ ਕੀ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਜੇ ਇਤਿਹਾਸ ਹੈ, ਇਤਿਹਾਸ ਕਿਤੇ ਰਾਹ ਜਾਂਦੇ ਨਹੀਂ ਮਿਲਿਆ, ਬੜੀਆਂ ਕੁਰਬਾਨੀਆਂ ਵਾਲਾ ਇਤਿਹਾਸ ਹੈ। ਸਿੱਖ ਕੌਮ 2% ਹੈ ਇਤਿਹਾਸ ਸਾਡਾ, ਦੇਸ਼ ਦੇ ਪ੍ਰਤੀ ਵੀ 83% ਸਾਡੀ ਮੌਤ ਹੋਈ ਹੈ, ਦੇਸ਼ ਪ੍ਰਤੀ ਵੀ ਸਾਡਾ ਸਿੱਖ ਕੌਮ ਦਾ ਗੌਰਮਈ ਇਤਿਹਾਸ ਹੈ, ਇਹਨੂੰ ਭੁਲਾਇਆ ਨਹੀਂ ਜਾ ਸਕਦਾ। ਇਹਨੂੰ ਦੱਸਣ ਲਈ ਆਉਣ ਵਾਲੀ ਜਨਰੇਸ਼ਨ ਨੂੰ ਦੱਸਣ ਲਈ ਹੈ ਫਿਲਮਾਂ, ਇਹ ਜਿਹੜੇ ਅਸੀਂ ਭਾਈਚਾਰਾ ਜੇ ਇਕੱਠੇ ਹੋ ਗਏ ਅੱਜ ਸਾਰੇ ਭਾਈਚਾਰੇ ਨੇ ਉੱਠ ਕੇ, ਸਾਡੇ ਸੋਨੂ ਵੀਰ ਜੀ ਨੇ ਬੜੀ ਮਿਹਨਤ ਨਾਲ ਇਹ ਪਿਛਲੇ 5-7 ਸਾਲਾਂ ਦੇ ਵਿੱਚੋਂ ਇਹ ਮੇਰੇ ਲੰਗਰ ਲਾ ਰਹੇ ਨੇ, ਇਹ ਸਾਰਿਆਂ ਨੂੰ ਆਜ਼ਾਦੀ ਪਿਕਚਰ ਚੱਲੀ ਹੈ ਹਰ ਵਾਰੀ ਦਿਖਾ ਰਹੇ ਨੇ ਵੀ ਇਹ ਸਾਰੀ ਦਿਹਾੜੀ ਚੱਲਣੀ ਹੈ, ਲੰਗਰ ਵੀ ਸਾਰੀ ਦਿਹਾੜੀ ਚੱਲਣਾ, ਕੋਈ ਸਾਨੂੰ ਖੁਸ਼ੀ ਨਹੀਂ। ਇਹ ਸੱਚੇ ਪਾਤਸ਼ਾਹ ਦੀ ਇਹ ਸ਼ਰਧਾਂਜਲੀ ਹੈ ਸਾਡੇ ਵੱਲੋਂ ਵੀ ਅਸੀਂ ਹੱਥ ਜੋੜ ਕੇ ਕਹਿੰਦੇ ਵੀ ਸਾਰੀ ਸਿੱਖ ਕੌਮ ਨੂੰ ਆਹ ਮਹੀਨਾ ਜਿਹੜਾ ਇਹ ਹਫ਼ਤਾ ਹੈਗਾ ਇਹਨੂੰ ਮਤਲਬ ਸ਼ਹੀਦੀ ਗੁਰਪੁਰਬ ਵਾਂਗੂ ਮੰਨਿਆ ਜਾਵੇ ਜਿਵੇਂ ਸਭਾ ਹੁੰਦੀ ਹੈ। ਪਰ ਸਰਦਾਰ ਸਾਹਿਬ ਇੱਕ ਮੈਂ ਤੁਸੀਂ ਇਤਿਹਾਸ ਦੀ ਗੱਲ ਕੀਤੀ ਹੈ, ਚਲੋ ਫਿਲਮਾਂ ਵੀ ਆ ਰਹੀਆਂ ਇਹਦੇ ਨਾਲ ਵੀ ਕਾਫੀ ਲੋਕ ਜਾਗਰੂਕ ਹੋਏ ਨੇ, ਪਰ ਕਿਤੇ ਨਾ ਕਿਤੇ ਜਿਹੜਾ ਆਪਣੇ ਸਕੂਲਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਇਤਿਹਾਸ ਨੂੰ ਬੜਾ ਪਿੱਛੇ ਰੱਖਿਆ ਜਾ ਰਿਹਾ, ਉਹ ਵੀ ਇੱਕ ਕਾਰਨ ਹੈਗਾ ਕਿ ਨਹੀਂ ਹੈ? ਸ਼੍ਰੋਮਣੀ ਇਹ ਚਾਹੀਦਾ ਸ਼੍ਰੋਮਣੀ ਕਮੇਟੀ ਨੂੰ, ਇਸ ਕਰਕੇ ਸਾਡੀ ਬੜੀ ਵੱਡੀ ਬੈਡ ਪੁਆਇੰਟ ਹੈ, ਸਮਝ ਲਓ ਸਾਡੀ ਸਿੱਖ ਕੌਮ ਦੇ ਆਪਣੇ ਸਕੂਲ ਨਹੀਂ ਹੈਗੇ, ਸਕੂਲ ਨੇ ਕੋਨਵੈਂਟ ਸਕੂਲ ਨੇ DAV ਸਕੂਲ ਨੇ ਦੂਜੇ ਜਿਨ੍ਹਾਂ ਤੋਂ ਹਿੰਦੀ ਸਟਾਰਟਿੰਗ ਕਰਾਈ ਜਾਂਦੀ ਹੈ, ਪੰਜਾਬੀ ਸਕੂਲ ਹੋਣ, ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹੇ, ਪਹਿਲੀ ਤੋਂ ਪੰਜਾਬੀ ਲਾਈ ਹੈ, ਪੰਜਾਬੀ ਦੇ ਵਿੱਚ ਇਤਿਹਾਸ ਪੜ੍ਹਾਇਆ ਜਾਵੇ। ਜਿਹੜਾ ਇਤਿਹਾਸ ਸਾਡਾ RSS ਵਾਲੇ ਮਰੋੜ ਰਹੇ ਨੇ ਅੱਜ ਦੀ ਡੇਟ 'ਚ, ਅੱਜ ਦੀ ਡੇਟ 'ਚ RSS ਵਾਲੇ ਸਾਡਾ ਇਤਿਹਾਸ ਮਰੋੜ ਰਹੇ ਨੇ, ਉਹ ਬੱਚਿਆਂ ਨੂੰ ਦੂਜੇ ਗਲਤ ਪਾਸੇ ਲਾ ਰਹੇ ਨੇ। ਚਲੋ ਕੋਈ ਨਹੀਂ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਸਾਹਿਬ ਕਹਿੰਦੇ ਸੀ 5 ਹੀ ਹੋ ਜਾਣ ਮੇਰੇ ਸਿੱਖ, ਮੈਨੂੰ ਜ਼ਿਆਦਾ ਨਹੀਂ ਚਾਹੀਦੇ, 5 ਹੀ ਹੋ ਜਾਣ, 5 ਹੀ ਕੱਟੜ ਹੋਣ ਆਪਣੇ ਧਰਮ ਲਈ। ਅਤੇ ਇਸ ਕਰਕੇ ਸੱਚੇ ਪਾਤਸ਼ਾਹ ਅੱਜ ਤਾਂ ਬੜੇ ਆ, ਹੁਣ ਤਾਂ 3 ਕਰੋੜ ਹਾਂ, ਅੱਜ ਤਾਂ ਉਦੋਂ ਨਹੀਂ ਮਾਨ ਜਦੋਂ 42,000 ਅਬਦਾਲੀ ਨੇ ਇੱਕ ਦਿਨ ਦੇ ਵਿੱਚ 42,000 ਮਾਰਤੇ ਸੀ, ਟੋਟਲ ਸਾਡੇ ਕੋਲ 53,000 ਸਿੱਖ ਸੀ ਅਤੇ 9,000 ਨੇ ਫਿਰ 10ਵੇਂ ਦਿਨ ਅਬਦਾਲੀ ਘੇਰ ਲਿਆ ਸੀ। ਅਸੀਂ ਤਾਂ ਉਹ ਕੌਮ ਹਾਂ ਕਾਠੀਆ ਦੇ ਸੌਣ ਵਾਲੇ ਸਿੰਘ, ਜਿਹੜੇ ਕਾਠੀਆਂ ਜੰਗਲਾਂ 'ਚ ਰਹਿਣ ਵਾਲੇ ਬੀਕਾਨੇਰ ਦੇ ਗਿਰ। ਅਤੇ ਇਸ ਕਰਕੇ ਅਸੀਂ ਕਹਿੰਦੇ ਹਾਂ ਬੱਚਿਆਂ ਨੂੰ ਵੀ ਇਤਿਹਾਸ ਸਾਡਾ ਪਤਾ ਹੋਵੇ, ਗੌਰਮਈ ਇਹ ਗੌਰਮਈ ਇਤਿਹਾਸ, ਬਾਬਾ ਦੀਪ ਸਿੰਘ ਵਰਗੇ ਸ਼ਹੀਦ ਜਿਨ੍ਹਾਂ ਨੇ ਤਲੀ ਦੇ ਸਿਰ ਰੱਖ ਕੇ ਸ਼ਹੀਦੀ ਪਾਈ, ਦਰਬਾਰ ਸਾਹਿਬ ਨੂੰ ਯਾਦ ਕਰ, ਸੁੱਖਾ ਸਿੰਘ ਮਹਿਤਾਬ ਸਿੰਘ ਨੇ ਸਿਰ ਲਾ ਕੇ ਲਿਆਂਦਾ। ਇਹ ਦੇਖੋ ਬੱਚਿਆਂ ਨੂੰ ਦੱਸਾਂਗੇ, ਅਸੀਂ ਦੱਸਦੇ ਹਾਂ ਜਿੱਥੇ ਬਹਿੰਦੇ ਹਾਂ, 4 ਬੰਦੇ ਬਹਿੰਦੇ ਹਾਂ, 50 ਬਹਿੰਦੇ ਹਾਂ, ਆਪਣਾ ਇਤਿਹਾਸ ਦੱਸਦੇ ਹਾਂ, ਇਹ ਵਾਹਿਗੁਰੂ ਹੈ, ਇਹੀ ਇਤਿਹਾਸ ਹੈ, ਅੱਗੋਂ ਵੀ ਹੋਰ ਪਿਕਚਰਾਂ ਬਣਨਗੀਆਂ ਜਿਹੜੀਆਂ ਕੌਮ ਪ੍ਰਤੀ ਬੜੀ ਵਧੀਆ ਹੋਣਗੀਆਂ, ਜਿਵੇਂ ਬੰਦਾ ਬਹਾਦਰ ਪਿਕਚਰ ਬਣੀ ਸੀ, ਹੁਣ ਬਾਬਾ ਦੀਪ ਸਿੰਘ ਦੀ ਬਣੇਗੀ, ਉਹ ਲੋਕਾਂ ਨੂੰ ਬੱਚਿਆਂ ਨੂੰ ਤਾਂ ਹੀ ਪਤਾ ਲੱਗੂਗਾ ਜੇ ਬੱਚਿਆਂ ਨੂੰ ਅਸੀਂ ਦੱਸਾਂਗੇ। ਇਹ ਚਾਹੀਦਾ ਸ਼੍ਰੋਮਣੀ ਕਮੇਟੀ ਨੂੰ ਸੀ, ਚਲੋ ਕੋਈ ਨਹੀਂ ਭਲਾ ਹੋਵੇ ਸ਼੍ਰੋਮਣੀ ਕਮੇਟੀ ਦਾ ਵੀ, ਸ਼੍ਰੋਮਣੀ ਕਮੇਟੀ ਦਾ ਭਲਾ ਬਹੁਤ ਕੰਮ ਕਰ ਰਿਹਾ, ਅਸੀਂ ਕਹਿੰਦੇ ਅੱਗੋਂ ਵਾਹਿਗੁਰੂ ਨੇ ਸਮੱਤ ਬਖਸ਼ੇ, ਚੰਗੇ ਕੰਮ ਕਰਦੇ ਰਹਿਣ ਦੇਸ਼ ਕੌਮ ਸਿੱਖ ਕੌਮ ਦੀ ਆਜ਼ਾਦੀ ਲਈ, ਇਹ ਕਰਦੇ ਰਹਿਣੇ ਆ, ਵਾਹਿਗੁਰੂ ਕਰਾਉਂਦਾ ਰਹੂਗਾ, ਹੋਰ ਸਿੰਘ ਆ ਜਾਣਗੇ, ਹੋਰ ਕਰਦੇ ਰਹਿਣਗੇ, ਤੁਹਾਡੇ ਅੱਗੇ ਭਰਾ ਸਾਡਾ ਸਾਥ ਦੇਣਗੇ, ਅਸੀਂ ਲੋਕਾਂ 'ਚ ਆਵਾਜ਼ ਪਹੁੰਚਾਵਾਂਗੇ ਆਪਣੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਭ ਨਾਮ ਜੀ ਤੁਹਾਡਾ? ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਆ ਜੋ ਅੱਜ ਲੰਗਰ ਲਗਾਇਆ ਗਿਆ, ਇਹ ਕਿਸ ਸੰਬੰਧ ਵਿੱਚ ਲਗਾਇਆ ਗਿਆ? ਇਹ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਤੇ ਮਾਤਾ ਗੁਜਰ ਕੌਰ ਦੀ ਯਾਦ ਵਿੱਚ ਇਹ ਟਰੈਵਲ ਟੈਕਸੀ ਸਟੈਂਡ ਵੱਲੋਂ ਲਾਇਆ ਗਿਆ ਜੀ। ਔਰ ਇਸ ਜੋ ਵੀ ਮਾਈ ਭਾਈ ਜਾਂ ਛੋਟੇ ਬੱਚੇ ਇਤਿਹਾਸ ਤੋਂ ਨਹੀਂ ਜਾਣੂ, ਜੋ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ ਸੀ, ਉਹ ਜਿਹੜੀ ਸੰਗਤ ਉੱਥੇ ਨਹੀਂ ਜਾ ਸਕਦੀ, ਉਹਨਾਂ ਬੱਚਿਆਂ ਨੂੰ ਜਾਣੂ ਕਰਵਾਉਣ ਵਾਸਤੇ ਇਹਨਾਂ ਨੇ ਇੱਕ ਉਪਰਾਲਾ ਹਰ ਸਾਲ ਕਰਦੇ ਰਹੇ, ਔਰ ਹਰ ਸਾਲ ਇਸੇ ਤਰ੍ਹਾਂ ਹੀ ਚਾਹ ਦੇ ਲੰਗਰ ਲਾ ਕੇ
ਨਾਲ ਹੀ ਆਪਣਾ ਇਤਿਹਾਸ ਸਿੱਖ ਪੰਥ ਦਾ ਇਤਿਹਾਸ ਉਹਨਾਂ ਨੂੰ ਜਾਣੂ ਕਰਵਾਉਂਦੇ ਹਨ ਜੀ। ਸਤਿ ਸ਼੍ਰੀ ਅਕਾਲ। ਬਸ ਇਹਨਾਂ ਨੇ ਜੋ ਕਹਿ ਦਿੱਤਾ ਉਹ ਬਿਲਕੁਲ ਸਹੀ ਇਤਿਹਾਸ ਆ ਕਿ ਇਹ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੋ ਰਿਹਾ। ਇਹ ਹਰ ਇੱਕ ਸਾਲ ਇਹ ਗੁਰੂ ਪਿਆਰਾ ਜਿਹੜਾ ਹੈਗਾ ਸਿੰਘ ਇਹ ਸਾਰੇ ਮਿਲ ਕੇ ਸਭ ਮਨਾਉਂਦੇ ਨੇ, ਪਰ ਸਾਨੂੰ ਗੁਰੂ ਦੀਆਂ ਯਾਦਾਂ ਆਉਂਦੀਆਂ ਨੇ। ਬਾਬਾ ਜੀ ਚਾਰ ਸਾਹਿਬਜ਼ਾਦਿਆਂ ਦੇ ਨਾਮ ਦੱਸ ਦਿਓ ਜੀ। ਸਾਹਿਬਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ। ਇੱਕ ਵੀਰ ਬੈਠਾ ਇਹਦੇ ਨਾਲ ਗੱਲਬਾਤ ਕਰਦੇ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ। ਅੱਛਾ ਵੀਰੇ, ਚਾਰ ਸਾਹਿਬਜ਼ਾਦਿਆਂ ਦੇ ਨਾਮ ਕੀ ਸੀ? ਜੁਝਾਰ ਸਿੰਘ, ਫਤਿਹ ਸਿੰਘ। ਚਾਰ ਸਾਹਿਬਜ਼ਾਦਿਆਂ ਦੇ? ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ। ਬਾਬਾ ਤਿੰਨ ਹੋਏ। ਚਾਰ ਸਾਹਿਬਜ਼ਾਦਿਆਂ ਦਾ ਨਾਂ ਸੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਯੈਸ ਸਰ। ਸੋ ਤੁਸੀਂ ਦੇਖ ਹੀ ਰਹੇ ਕਿ ਜਿਹੜਾ ਆਪਣਾ ਸਿੱਖ ਇਤਿਹਾਸ ਆ ਉਹਦੀ ਨੌਲੇਜ ਜਿਹੜੀ ਆ ਉਹ ਬਹੁਤ ਅੱਜ ਦੇ ਸਮੇਂ ਦੇ ਵਿੱਚ ਲੋਕ ਇਸ ਚੀਜ਼ ਤੋਂ ਵਿਸਰਦੇ ਜਾਂਦੇ ਨੇ, ਘੱਟਦੇ ਜਾਂਦੇ ਨੇ, ਪਰ ਫਿਰ ਵੀ ਆਪਾਂ ਅੱਗੇ ਗੱਲਬਾਤ ਕਰਦੇ ਹਾਂ, ਵੇਖਦੇ ਹਾਂ ਕਿ ਕਿਹਨੂੰ ਮਤਲਬ ਕਿ ਕਿੰਨੀ ਜਿਹੜੀ ਨੌਲੇਜ ਹੈਗੀ ਆ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰੇ, ਚਾਰ ਸਾਹਿਬਜ਼ਾਦਿਆਂ ਦੇ ਨਾਮ ਕੀ ਸੀ? ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਬਹੁਤ ਬਹੁਤ ਧੰਨਵਾਦ। ਹਾਂਜੀ ਬਾਪੂ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਪੂ, ਚਾਰ ਸਾਹਿਬਜ਼ਾਦਿਆਂ ਦੇ ਨਾਮ ਕੀ ਸੀ? ਬਾਬਾ ਅਜੀਤ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ ਅਤੇ ਚੌਥਾ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਹਾਂ, ਜ਼ੋਰਾਵਰ। ਧੰਨਵਾਦ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰਦਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਰਦਾਰ ਸਾਹਿਬ, ਸ਼ਹੀਦੀ ਹਫ਼ਤਾ ਚੱਲ ਰਿਹਾ, ਚਾਰੋਂ ਸਾਹਿਬਜ਼ਾਦਿਆਂ ਦੇ ਨਾਮ ਦੱਸੋ। ਚਾਰ ਸਾਹਿਬਜ਼ਾਦਿਆਂ ਦੇ ਨਾਮ ਦੱਸੋ। ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਜ਼ੋਰਾਵਰ ਸਿੰਘ। ਚਲੋ, ਬੜੀ ਵਧੀਆ ਗੱਲ ਹੈ ਜੀ ਕਿ ਇਹਨਾਂ ਨੂੰ ਉਹਨਾਂ ਬਾਰੇ ਪਤਾ, ਪਰ ਹਮੇਸ਼ਾ ਅੱਗੇ ਤੋਂ ਜਦੋਂ ਕੋਈ ਚਾਰ ਸਾਹਿਬਜ਼ਾਦਿਆਂ ਦਾ ਨਾਮ ਪੁੱਛੇ ਤਾਂ ਪਲੀਜ਼ ਤੁਸੀਂ ਨਾਲ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜ਼ਰੂਰ ਕਹਿਣਾ, ਕਿਉਂਕਿ ਰਿਸਪੈਕਟ ਦੇਣੀ ਬਹੁਤ ਜ਼ਰੂਰੀ ਆ ਚਾਰ ਸਾਹਿਬਜ਼ਾਦਿਆਂ ਦੇ ਨਾਮ। ਵੱਡੇ ਸਾਹਿਬਜ਼ਾਦੇ ਸਰਦਾਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਔਰ ਤੁਸੀਂ ਦੇਖ ਰਹੇ ਹੋ ਕਿ ਕਈ ਸਾਡੇ ਵੀਰ ਭਰਾ ਆ ਜਿਨ੍ਹਾਂ ਨੂੰ ਇਹ ਪਤਾ ਆ, ਪਰ ਕਈਆਂ ਨੂੰ ਇਸ ਬਾਰੇ ਨਹੀਂ ਪਤਾ ਕਿ ਮਤਲਬ ਚਾਰ ਸਾਹਿਬਜ਼ਾਦਿਆਂ ਦੇ ਨਾਮ ਕੀ ਸੀ, ਪਰ ਜਿਹੜੀ ਨੌਲੇਜ ਆ ਉਹ ਹੋਣੀ ਬੜੀ ਜ਼ਰੂਰੀ ਹੈ, ਕਿਉਂਕਿ ਜਿਨ੍ਹਾਂ ਨੇ ਆਪਣੇ ਲਈ ਕੁਰਬਾਨੀਆਂ ਕੀਤੀਆਂ ਔਰ ਗੁਰੂ ਸਾਹਿਬ ਨੇ ਸਾਰਾ ਸਰਬੰਸ ਆ ਉਹ ਦੇਸ਼ ਕੌਮ ਲਈ, ਆਪਣੇ ਲੋਕਾਂ ਲਈ ਵਾਰ ਦਿੱਤਾ, ਪਰ ਕਿਤੇ ਨਾ ਕਿਤੇ ਜਾ ਕੇ ਆਪਾਂ ਉਹ ਚੀਜ਼ ਤੋਂ ਭੁੱਲਦੇ ਵੀ ਜਾਂਦੇ ਹਾਂ, ਪਰ ਲੋੜ ਆ ਇਸ ਚੀਜ਼ ਨੂੰ ਲੋਕਾਂ ਸਾਹਮਣੇ ਰੱਖਣ ਦੀ, ਇਤਿਹਾਸ ਨੂੰ ਲੋਕਾਂ ਸਾਹਮਣੇ ਰੱਖਣ ਦੀ, ਜਿਹੜਾ ਕਿ ਉਪਰਾਲਾ ਅੱਜ ਇੱਥੇ ਕੀਤਾ ਗਿਆ ਦੁਗਰੀ ਰੋਡ 'ਤੇ, ਜਿਹਦੇ ਵਿੱਚ ਕਿ ਜਿਹੜੀ ਚਾਰ ਸਾਹਿਬਜ਼ਾਦੇ ਫਿਲਮ ਵਿਖਾਈ ਜਾ ਰਹੀ ਹੈ, ਜਿਹਦਾ ਮਕਸਦ ਇਹੀ ਆ ਕਿ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ। ਆਓ ਫਿਰ ਅੱਗੇ ਚੱਲਦੇ ਹਾਂ ਅਤੇ ਹੋਰਾਂ ਕੋਲੋਂ ਜਾ ਕੇ ਜਿਹੜੀ ਉਹ ਗੱਲਬਾਤ ਕਰਦੇ ਹਾਂ ਔਰ ਦੇਖਦੇ ਹਾਂ ਕਿਹਨੂੰ ਕਿਹਨੂੰ ਇਤਿਹਾਸਿਕ ਨੌਲੇਜ ਹੈ, ਕਿਹਨੂੰ ਕਿਹਨੂੰ ਇਸ ਬਾਰੇ ਮਤਲਬ ਕਿ ਹਜੇ ਜਾਣਨ ਦੀ ਲੋੜ ਆ। ਆਓ ਜੀ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਨੂੰ ਪਤਾ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਅਤੇ ਉਸ ਦੇ ਸੰਬੰਧ ਦੇ ਵਿੱਚ ਜਿਹੜਾ ਆ ਲੰਗਰ ਵੀ ਲੱਗਾ ਆ ਅਤੇ ਨਾਲ ਜਿਹੜਾ ਮਤਲਬ ਕਿ ਚਾਰ ਸਾਹਿਬਜ਼ਾਦੇ ਫਿਲਮ ਵੀ ਵਿਖਾਈ ਜਾ ਰਹੀ ਆ ਅਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਕੀ ਸੀ ਦੱਸੋ? ਚਾਰ ਸਾਹਿਬਜ਼ਾਦਿਆਂ ਦੇ ਨਾਮ, ਚਲੋ ਮੈਂ ਦੱਸ ਦਿੰਦਾ, ਸੁਣ ਕੇ ਜਾਇਓ। ਚਾਰ ਸਾਹਿਬਜ਼ਾਦਿਆਂ ਦਾ ਨਾਮ ਸੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਔਰ ਤੁਸੀਂ ਦੇਖ ਹੀ ਰਹੇ ਇੱਧਰ, ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ। ਲੰਗਰ ਲੱਗਾ ਆ
ਲੰਗਰ ਜਿਨ੍ਹਾਂ ਦੀ ਯਾਦ ਦੇ ਵਿੱਚ ਲੱਗਾ ਆ, ਤੁਹਾਨੂੰ ਪਤਾ ਸ਼ਹੀਦੀ ਹਫ਼ਤਾ ਚੱਲ ਰਿਹਾ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀਆਂ ਦੇ ਜਿਹੜੇ ਦਿਨ ਚੱਲ ਰਹੇ ਨੇ, ਔਰ ਉਹਨਾਂ ਦੀ ਯਾਦ 'ਚ ਜਿਹੜਾ ਲੰਗਰ ਲਗਾਇਆ ਗਿਆ, ਨਾਲ ਜਿਹੜੀ ਫਿਲਮ ਵੀ ਉਹ ਮਤਲਬ ਵਿਖਾਈ ਜਾ ਰਹੀ ਹੈ ਤਾਂ ਕਿ ਇਤਿਹਾਸ ਦੀ ਨੌਲੇਜ ਮਿਲੇ। ਛੋਟੇ ਸਾਹਿਬਜ਼ਾਦਿਆਂ ਦੇ ਨਾਮ ਕੀ ਸੀ? ਛੋਟੇ ਸਾਹਿਬਜ਼ਾਦਿਆਂ ਦੇ ਨਾਮ ਕੀ ਸੀ? ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਵੀਰੇ। ਸ਼ਹੀਦੀ ਦਿਹਾੜਾ ਚੱਲ ਰਿਹਾ, ਸ਼ਹੀਦੀ ਹਫ਼ਤਾ ਚੱਲ ਰਿਹਾ, ਔਰ ਚਾਰੋਂ ਸਾਹਿਬਜ਼ਾਦਿਆਂ ਦਾ ਕੀ ਨਾਮ ਸੀ? ਅਜੀਤ ਸਿੰਘ ਸਾਹਿਬ ਜੀ, ਅਜੀਤ ਸਿੰਘ ਸਾਹਿਬ, ਦਰਾਵਰ ਸਿੰਘ, ਫਤਿਹ ਸਿੰਘ। ਚਲੋ ਵੀਰੇ ਮੈਂ ਦੱਸ ਦਿੰਦਾ। ਹਾਂਜੀ ਤੁਸੀਂ ਦੱਸੋ। ਦੱਸ ਦਿਓ ਭਾਈ, ਭਾਈ ਨੇ ਬਸ ਕੋਈ ਨਾ, ਤੁਸੀਂ ਦੱਸ ਦਿਓ ਭਾਜੀ ਨਾ ਮਿਸਟੇਕ ਕੀਤੀ। ਨਹੀਂ ਨਹੀਂ ਕੋਈ ਨਾ, ਜਗਤਾਰ ਸਿੰਘ ਸੀਗਾ ਭਾਈ ਇੱਕ। ਔਰ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ, ਜਦੋਂ ਵੀ ਸ਼ਹੀਦਾਂ ਦਾ ਨਾਮ ਲੈਣਾ, ਰਿਸਪੈਕਟ ਜਿਹੜੀ ਦੇਣੀ ਆ ਜਿਹੜੀ, ਉਹ ਬਹੁਤ ਜ਼ਰੂਰੀ ਹੈ। ਇਸ ਕਰਕੇ ਅੱਗੇ ਤੋਂ ਹਮੇਸ਼ਾ ਜਦੋਂ ਆਪਾਂ ਚਾਰੋਂ ਸਾਹਿਬਜ਼ਾਦਿਆਂ ਦਾ ਜਾਂ ਕਿਸੇ ਵੀ ਆਪਣੇ ਜੋ ਸ਼ਹੀਦ ਸਿੰਘ ਉਹਨਾਂ ਦਾ ਨਾਮ ਲੈਣਾ, ਜਿਹੜੀ ਰਿਸਪੈਕਟ ਦੇਣੀ ਬੜੀ ਜ਼ਰੂਰੀ ਹੈ। ਇਸ ਕਰਕੇ ਅੱਗੇ ਕੋਈ ਪੁੱਛੇ, ਤੁਸੀਂ ਕਹਿਣਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਠੀਕ ਹੈ। ਫਤਿਹ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ ਸੀ ਹਾਂਜੀ, ਅਤੇ ਜੁਝਾਰ ਸਿੰਘ ਸੀ। ਪੂਰੇ ਨਾਮ ਨਹੀਂ ਪੂਰੇ ਯਾਦ ਹੈ। ਚਲੋ ਮੈਂ ਤੁਹਾਨੂੰ ਸੌਖਾ ਕਰ ਦੇਣਾ, ਮੈਂ ਤੁਹਾਨੂੰ ਚਾਰੋਂ ਸਾਹਿਬਜ਼ਾਦਿਆਂ ਦੇ ਨਾਮ ਦੱਸ ਦੇਣਾ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਜੀ, ਇਤਿਹਾਸਿਕ ਨੌਲੇਜ ਜਿਹੜੀ ਰੱਖਣੀ ਬੜੀ ਜ਼ਰੂਰੀ ਆ ਅੱਜ ਦੇ ਡੇਟ ਦੇ ਵਿੱਚ। ਜੇ ਤੁਹਾਨੂੰ ਕੋਈ ਫਿਰ ਵੀ ਆ ਜਿਹੜੀ ਨਾਲ ਫਿਲਮ ਫਲੈਸ਼ ਹੋ ਰਹੀ ਆ, ਜ਼ਰੂਰ ਤੁਸੀਂ ਦੇਖਿਆ, ਜੇ ਤੁਹਾਨੂੰ ਉਹਦੇ ਆਪਣੇ ਇਤਿਹਾਸ ਬਾਰੇ ਜ਼ਰੂਰ ਪਤਾ ਲੱਗੇਗਾ। ਆਓ ਅੱਗੇ ਗੱਲਬਾਤ ਕਰਦੇ ਹਾਂ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਵੀਰੇ ਤੁਹਾਨੂੰ ਪਤਾ ਸ਼ਹੀਦੀ ਹਫ਼ਤਾ ਚੱਲ ਰਿਹਾ, ਔਰ ਉਸਦੇ ਸੰਬੰਧ ਦੇ ਵਿੱਚ ਹੀ ਇਹ ਜਿਹੜਾ ਲੰਗਰ ਵੀ ਲੱਗਿਆ, ਨਾਲ ਫਿਲਮ ਵੀ ਵਿਖਾਈ ਜਾ ਰਹੀ ਆ, ਅਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਦੱਸੋ। ਅਜੀਤ ਸਿੰਘ, ਫਤਿਹ ਸਿੰਘ, ਜ਼ੋਰਾਵਰ ਸਿੰਘ ਅਤੇ ਚਲੋ ਮੈਂ ਸੌਖਾ ਕਰ ਦਿੰਦਾ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਔਰ ਇੱਕ ਗੱਲ ਜਿਹੜੀ ਇੱਥੇ ਬੜੀ ਸੋਚਣ ਵਾਲੀ ਹੈ ਕਿ ਜਦੋਂ ਵੀ ਆਪਾਂ ਆਪਣੇ ਸ਼ਹੀਦਾਂ ਦੀ ਉਹਨਾਂ ਦਾ ਨਾਮ ਲੈਂਦੇ ਹਾਂ, ਨਾਲ ਜਿਹੜੀ ਇੱਕ ਰਿਸਪੈਕਟ ਆ ਉਹ ਦੇਣੀ ਬੜੀ ਜ਼ਰੂਰੀ ਹੈ। ਇਸ ਕਰਕੇ ਹਮੇਸ਼ਾ ਅੱਗੇ ਤੋਂ ਜਦੋਂ ਕੋਈ ਸਾਹਿਬਜ਼ਾਦਿਆਂ ਆਪਾਂ ਆਪਣੇ ਸਾਹਿਬਜ਼ਾਦਿਆਂ ਦਾ ਨਾਮ ਦੱਸਣਾ, ਤਾਂ ਜ਼ਰੂਰ ਇਹ ਕਹਿਣਾ ਕਿ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਕਿਉਂਕਿ ਸਤਿਕਾਰ ਦੇਣਾ ਬਹੁਤ ਜ਼ਰੂਰੀ ਆ ਆਪਣੇ ਲੋਕਾਂ ਦੇ ਲਈ, ਪੂਰੀ ਦੇਸ਼ ਕੌਮ ਦੇ ਲਈ ਉਹਨਾਂ ਨੇ ਜਿਹੜੀਆਂ ਕੁਰਬਾਨੀਆਂ ਉਹ ਕੀਤੀਆਂ। ਛੋਟੇ ਸਾਹਿਬਜ਼ਾਦਿਆਂ ਨੇ ਜਿਹੜੀ ਸ਼ਹੀਦੀ ਦਿੱਤੀ ਸੀ ਉਹ ਕਿਉਂ ਦਿੱਤੀ ਸੀ? ਇਸ ਬਾਰੇ ਨਹੀਂ ਪਤਾ। ਚਲੋ ਮੈਂ ਦੱਸ ਦਿੰਦਾ ਕਿ ਉਹਨਾਂ ਨੂੰ ਜਿਹੜੇ ਉਸ ਟਾਈਮ ਦਾ ਮੁਗਲ ਸ਼ਾਸਕ ਸੀ ਉਹ ਇਸਲਾਮ ਧਰਮ ਅਪਣਾਉਣ ਨੂੰ ਕਹਿ ਰਿਹਾ ਸੀ, ਪਰ ਜਿਹੜੇ ਛੋਟੇ ਸਾਹਿਬਜ਼ਾਦਿਆਂ ਨੇ ਉਹਨਾਂ ਦੀ ਈਨ ਨਹੀਂ ਮੰਨੀ, ਇਸਲਾਮ ਧਰਮ ਨਹੀਂ ਕਬੂਲ ਕੀਤਾ ਔਰ ਆਪਣਾ ਧਰਮ ਨਹੀਂ ਛੱਡਿਆ। ਇਸ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਸ਼ਹੀਦ ਕਿੱਦਾਂ ਕੀਤਾ ਸੀ ਉਹਨਾਂ ਨੂੰ? ਕੰਧਾਂ 'ਚ ਚਿਣਵਾਇਆ ਗਿਆ ਸੀ, ਨੀਹਾਂ ਦੇ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰੇ ਸ਼ਹੀਦੀ ਹਫ਼ਤਾ ਚੱਲ ਰਿਹਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਚੱਲ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਦਾ ਨਾਮ ਕੀ ਸੀ? ਛੋਟੇ ਸਾਹਿਬਜ਼ਾਦੇ ਪਹਿਲਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ। ਵੀਰੇ ਚਲੋ ਚੰਗੀ ਗੱਲ ਆ, ਤੁਹਾਨੂੰ ਚਾਰੋਂ ਸਾਹਿਬਜ਼ਾਦਿਆਂ ਦੇ ਬਾਰੇ ਜਿਹੜੀ ਨੌਲੇਜ ਆ, ਪਰ ਛੋਟੇ ਸਾਹਿਬਜ਼ਾਦਿਆਂ ਬਾਰੇ ਮੈਂ ਗੱਲ ਕੀਤੀ ਸੀ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਇਹ ਵੱਡੇ ਸਾਹਿਬਜ਼ਾਦੇ ਸੀ ਆਪਣੇ, ਔਰ ਅਜੀਤ ਸਿੰਘ, ਜੁਝਾਰ ਸਿੰਘ ਵੱਡੇ ਸਾਹਿਬ, ਔਰ ਬਾਬਾ ਜ਼ੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਛੋਟੇ ਸਾਹਿਬ। ਸੋ ਬਹੁਤ ਵਧੀਆ ਗੱਲਬਾਤ ਕੀਤੀ ਵੀਰ ਜੀ ਹੁਣਾਂ, ਔਰ ਬਹੁਤ ਸੋਹਣਾ ਉਪਰਾਲਾ ਵੀ ਕੀਤਾ ਕਿ ਲੰਗਰ ਦੇ ਨਾਲ ਚਾਰ ਸਾਹਿਬਜ਼ਾਦੇ ਫਿਲਮ ਵੀ ਵਿਖਾਈ ਜਾ ਰਹੀ ਹੈ, ਜਿਹਦਾ ਸਿੱਧਾ ਮਕਸਦ ਇਹੀ ਹੈ ਕਿ ਆਪਣੇ ਇਤਿਹਾਸ ਬਾਰੇ ਸਭ ਨੂੰ ਦੱਸਿਆ ਜਾ ਸਕੇ। ਵਾਕਈ ਇੱਥੇ ਲੋੜ ਹੈ ਸਾਨੂੰ ਵੀ ਆਪਣੇ ਇਤਿਹਾਸ ਬਾਰੇ ਜਾਗਰੂਕ ਹੋਣ ਦੀ ਔਰ ਆਪਣੇ ਬੱਚਿਆਂ ਨੂੰ ਵੀ ਇਤਿਹਾਸ ਬਾਰੇ ਜਾਗਰੂਕ ਕਰਨ ਦੀ। ਕੈਮਰਾਮੈਨ ਅਮਿਤ ਖੰਨਾ ਦੇ ਨਾਲ ਜਸਵਿੰਦਰ ਸਿੰਘ ਕਾਕਾ, ਰੰਗਲਾ ਟੀਵੀ।